ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ GS ਅਪਡੇਟਸ ਤੇ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਜਮਾਤ 8 ਦੇ ਵਿਦਿਆਰਥੀਆਂ ਲਈ ਪੰਜਾਬੀ ਪਹਿਲੀ ਪ੍ਰਾਸ਼ਾਰ ਟਰਮ 1 ਦੇ ਲਈ ਸਿਲੇਬਸ ਪਲਸ ਸਟਰਕਚਰ ਆਫ ਕੁਸ਼ਨ ਪੇਪਰ ਦੇਖਾਂਗੇ ਸੋ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਦਿੱਤੇ ਘੰਟੀ ਬਟਨ ਨੂੰ ਵੀ ਜ਼ਰੂਰ ਦਬਾ ਲੈਣਾ ਤਾਂ ਕਿ ਤੁਹਾਨੂੰ ਵੀਡੀਓਜ਼ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦੇ ਰਹਿਣ ਅਤੇ ਤੁਸੀਂ ਉਹ ਵੀਡੀਓਜ਼ ਨੂੰ ਦੇਖ पाओ ਅਦੇਸ਼ ਚੈਨਲ ਉਪਰ ਤੁਹਾਨੂੰ ਸਾਰੀ ਕਲਾਸਿਸ ਦੇ ਸਾਰੇ ਸਬਜੈਕਟਸ ਦੇ ਸੈਂਪਲ ਪੇਪਰ ਇੰਪੋਰਟੈਂਟ ਕੁਸ਼ਨ ਸਿਲੇਬਸ ਪਲੱਸ ਸਟਰਕਚਰ ਆਫ ਕੁਸ਼ਨ ਪੇਪਰ ਜੋ ਹਨ ਅਪਲੋਡ ਕਰ ਦਿੱਤੇ ਗਏ ਹਨ ਸੋ ਤੁਸੀਂ ਉਹਨਾਂ ਵੀਡੀਓ ਨੂੰ ਦੇਖ ਸਕਦੇ ਹੋ ਅਤੇ ਆਪਣੀ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਦੇ ਹੋ ਤੇ ਇਹਨਾਂ ਸਾਰੀਆਂ ਦੀ ਪੀਡੀਐਫ ਤੁਹਾਨੂੰ ਮੇਰੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਵੇਗੀ ਜੀਐਸ ਅਪਡੇਟਸ ਸਾਡੇ ਟੈਲੀਗ੍ਰਾਮ ਦਾ ਚੈਨਲ ਹੈ ਸੋ ਜਾਸਮਾ ਬਿਸ਼ਨਾ ਕਰਦੇ ਹੋਏ ਚਲੋ ਆਪਾਂ ਅੱਜ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਜਮਾਤ 8 ਦੇ ਵਿਦਿਆਰਥੀ ਲਈ ਪੰਜਾਬੀ ਪਹਿਲੀ ਭਾਸ਼ਾ ਅਤੇ ਪੰਜਾਬੀ ਦੂਜੀ ਭਾਸ਼ਾ ਦਾ ਤਨਮਨ ਦਾ ਪਾਠਕ੍ਰਮ ਅਤੇ ਸਟ੍ਰਕਚਰ ਆਫ ਕੋਚਨ ਪੇਪਰ ਦੇਖਾਂਗੇ ਵਿਆਕਰਣ ਦੇ ਪ੍ਰਸ਼ਨ ਪਾਠ 1 ਤੋਂ 14 ਤੱਕ ਦੇ ਪਿੱਛੇ ਦਿੱਤੇ ਗਏ ਹਨ ਉਹੀ ਪੇਪਰ ਵਿੱਚ ਆਉਣਗੇ ਪੰਜਾਬੀ ਪੁਸਤਕ 8 ਦੇ 1 ਤੋਂ 14 ਪਾਠ ਤੇ ਪ੍ਰਸ਼ਨ ਪੱਤਰੀ ਰੂਪਰੇਖਾ ਨੂੰ ਤੁਸੀਂ ਨੋਟ ਕਰ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਇਹ ਵੀ ਮੈਂਸ਼ਨ ਕੀਤਾ ਗਿਆ ਹੈ ਕਿ ਕਿੰਨੇ ਪ੍ਰਸ਼ਨ ਤੁਹਾਨੂੰ ਚੈਪਟਰ ਦੇ ਵਿੱਚੋਂ ਪੁੱਛੇ ਜਾਣੇ ਹਨ ਅਤੇ ਕਿੰਨੇ ਅੰਕ ਦਾ ਤੁਹਾਨੂੰ ਪੇਪਰ ਪੁੱਛਿਆ ਜਾਵੇਗਾ ਉਸ ਚੈਪਟਰ ਦੇ ਵਿੱਚੋਂ કુલ 40 ਗ੍ਰੇਡ ਤੁਹਾਨੂੰ ਪੇਪਰ ਆਵੇਗਾ કુલ 40 ਪ੍ਰਸ਼ਨ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੇ ਜਾਣੇ ਹਨ ਸਾਰੇ ਪ੍ਰਸ਼ਨ ਐਮਸੀਕਿਊ ਟਾਈਪ ਹੋਣਗੇ ਜਿਨ੍ਹਾਂ ਦੇ ਉੱਤਰ ਤੁਸੀਂ ਓਐਮਆਰ ਸ਼ੀਟ ਦੇ ਉੱਪਰ ਮਾਰਕ ਕਰਨੇ ਹੋਣਗੇ 21 ਹੋਵੇਗਾ ਤੋਂ ਪ੍ਰਸ਼ਨ ਪੱਤਰ ਦੀ ਰੂਪਰੇਖਾ ਤੁਸੀਂ ਨੋਟ ਕਰ ਸਕਦੇ ਹੋ ਤੇ ਨਾਲ ਹੀ કુલ ਅੰਕ ਵੀ ਮੈਂਸ਼ਨ ਕੀਤੇ ਗਏ ਹਨ ਕਿ ਕਿੰਨੇ ਅੰਕ ਦਾ ਤੁਹਾਨੂੰ ਪੇਪਰ ਇਸ ਦੇ ਵਿੱਚੋਂ ਪੁੱਛਿਆ ਸੋ ਐਸੀ ਪੰਜਾਬੀ ਪਹਿਲੀ ਪਾਠਸ਼ਾ ਦੇ ਲਈ ਚੈਨਲ ਤੇ ਮਿਲ ਜਾਵੇਗੀ ਜੀਐਸ ਅਪਡੇਟਸ ਹੌਲੀ ਟੈਲੀਗ੍ਰਾਮ ਤੇ ਹੁਣ ਆਪਾਂ पंजाबी दूजी भाषा का आठ चार सौ चार सौ चार सौ जी हाँ याद कर लीजिए व्हाट्सएप नंबर क्योंकि अब चाहे आपका मैथ्स का सवाल हो चाहे फिजिक्स केमिस्ट्री बायोलॉजी का आपके हर डाउट हर क्वेश्चन का मिलेगा तुरंत वीडियो सोल्यूशन वो भी आपके व्हाट्सएप पर बस अपने फोन में डाउनलोड का आठ चार सौ चार सौ चार सौ व्हाट्सएप नंबर सेव कर लीजिए और चैट ओपन कीजिए फिर जो भी आपका डाउट हो उस सवाल का फोटो खींचिए क्वेश्चन को क्रॉप कीजिए और पांच सेकंड में आपको उस क्वेश्चन का वीडियो सोल्यूशन मिल जाएगा क्लास सिक्स से ट्वेल्व आई आई टी जेई नीट सीबीएसई बोर्ड और सब स्टेट बोर्ड के बच्चों के लिए तो फिर देर किस बात की अभी जाइए आठ चार सौ चार सौ पर अपना सवाल व्हाट्सएप कीजिए और अपने सभी डाउट्स को आउट कीजिए लिंक इन डिस्क्रिप्शन